ਹੈ ਕਿ ਸਰ? ਕੱਲ੍ਹ ਮਿਤੀ 17/6 ਨੂੰ ਮੈਂ ਸਮੇਤ ਪਾਲਤੀ ਕਿਸ਼ਤੇ ਸੀ ਅਤੇ ਅਲਾਵਲਪੁਰ ਪਿੰਡ ਦੇ ਕੋਲ ਮੈਨੂੰ ਤੁਹਾਨੂੰ ਤਲਾਹ ਮਿਲੀ ਹੈ ਕਿ ਦੋ ਜਿਹੜੇ ਬੰਦੇ ਆ ਜੇਲ੍ਹ ਵਿੱਚ ਬੰਦ ਨੇ ਅਤੇ ਇੱਕ ਉਹਨਾਂ ਦਾ ਹੋਰ ਸਾਥੀ ਹੈ ਜੋ ਕਿ ਪਾਕਿਸਤਾਨ ਤੋਂ ਹਥਿਆਰ ਨੂੰ ਸਮਗਲਿੰਗ ਕਰਕੇ ਅੱਗੇ ਵੇਚਦੇ ਆ। ਉਹਦੇ ਇਨਫੋਰਮੇਸ਼ਨ ਦੇ ਆਧਾਰ 'ਤੇ ਅਸੀਂ ਕੱਲ੍ਹ ਲਛਮਣ ਸਿੰਘ ਨੂੰ ਉਹਦੀ ਸਮੇਤ ਸੁਰੱਖਿਆ ਕਾਬੂ ਕੀਤਾ। ਉਹਦੇ ਕੋਲੋਂ 1 ਕਿਲੋ ਹੈਰੋ ਅਤੇ 4 ਪਿਸਟਲ ਪ੍ਰਾਪਤ ਕੀਤੇ ਹੈ। ਮੁਕੱਦਮਾ ਦਰਜ ਹੋ ਗਿਆ, ਅਗਲੀ ਪੁੱਛਗਿੱਛ ਕਰਕੇ ਜੇਲ੍ਹ 'ਚੋਂ ਬੰਦੇ ਲਿਆਂਦੇ ਹਨ। ਇਹ ਸਿਰਫ ਇਹ ਕੋਈ 4 ਪਿਸਟਲ ਜਾਂ ਹੋਰ ਵੀ ਬੈਕਗਰਾਊਂਡ ਹੈਗੇ ਕੁਝ ਹੋਰ? ਫਿਲਹਾਲ ਤਾਂ ਜੇ 4 ਪਿਸਟਲ ਬਰਾਮਦ ਹੋਏ ਆ, ਹੁਣ ਜਿਹੜੇ ਬੰਦੇ ਜੇਲ੍ਹ 'ਚੋਂ ਇਸ ਗੈਂਗ ਨੂੰ ਅਪਡੇਟ ਕਰ ਰਹੇ ਉਹਨਾਂ ਨੂੰ ਅਸੀਂ ਲਿਆ ਰਹੇ ਹਾਂ, ਉਹਨਾਂ ਦੀ ਪੁੱਛਗਿੱਛ ਅਗਲੀ ਪੁੱਛਗਿੱਛ। ਇਹ ਸਿਰਫ ਸਰ 2 ਬੰਦੇ ਆ ਜਾਂ ਹੋਰ ਵੀ ਹੈਗੇ ਗੈਂਗ? ਫਿਲਹਾਲ ਤਾਂ 2 ਹੀ ਆ। ਹਾਂਜੀ ਜਿਹੜੇ 2 ਬੰਦੇ ਫੜੇ ਇਹਨਾਂ ਦੇ ਪਹਿਲੇ ਕਿਹੜੇ ਕਿ ਮਾਮਲੇ ਜਿਹੜੇ ਇਹਨਾਂ ਦੇ ਦਰਜ ਨੇ? ਜਿਹੜਾ ਹੁਣ 1 ਬੰਦਾ ਫੜਿਆ ਇਹ 'ਤੇ ਤਾਂ ਫਿਲਹਾਲ ਕੋਈ ਮੁਕੱਦਮਾ ਦਰਜ ਨਹੀਂ ਹੈ। ਨਵਾਂ ਮੁੰਡਾ ਜੇਲ੍ਹ ਵਿੱਚ ਜਿਹੜੇ ਬੰਦ ਆ ਉਹਨਾਂ 'ਤੇ ਆਲਰੇਡੀ ਮੁਕੱਦਮੇ ਦਰਜ ਆ, ਉਹਨਾਂ ਨੂੰ ਆਪਣੀਆਂ ਜਿਹੜੀਆਂ ਗੱਲਾਂ 'ਚ ਵਗਲ ਲਾ ਕੇ ਇਸ ਆਪਣੇ ਹਰਮ ਦੇ ਵੇਚਣ ਦੇ ਧੰਦੇ ਵਿੱਚ ਸ਼ਾਮਲ ਕੀਤਾ। ਅਜੇ ਫਿਲਹਾਲ ਉਹ ਫੜਿਆ ਗਿਆ, ਉਹਨਾਂ ਨੂੰ ਜੇਲ੍ਹ 'ਚੋਂ ਅਸੀਂ ਪ੍ਰਸ਼ਨਵਣ 'ਤੇ ਲੈ ਗਏ ਨੇ। ਅਤੇ ਕੀ ਕੰਮ ਕਰਦਾ ਸੀ ਇਹ ਫਿਲਹਾਲ? ਇਹ ਮੁੰਡੇ ਨੇ ਫਿਲਹਾਲ ਪਲੱਸ ਟੂ ਕੀਤੀ ਹੋਈ ਆ, ਹੁਣ ਲੋਕਡਾਊਨ ਕਰਕੇ ਵਿਹਲੇ ਜੇ। ਵਿਹਲਾ ਹੋਣ ਕਰਕੇ ਇਸ ਕੰਮ ਦੇ ਵਿੱਚ ਪੈ ਗਿਆ? ਵਿਹਲਾ ਹੋਣ ਕਰਕੇ ਉਹਨਾਂ ਦੀਆਂ ਗੱਲਾਂ 'ਚ ਆ ਗਿਆ, ਕਿਉਂਕਿ ਫਿਰ ਇੱਕ ਦੂਸਰੀ ਜੇਲ੍ਹ 'ਚ ਬਣਦਾ ਹੈ, ਉਹਦੇ ਲਾਗੇ ਪਿੰਡ ਦਾ ਰਹਿਣ ਵਾਲਾ, ਉਹਦੀਆਂ ਗੱਲਾਂ 'ਚ ਇਸ ਤੋਂ ਦੇ ਪਏ। ਅਤੇ ਜਿਹੜੀ ਹੀਰੋਇਨ ਪਕੜੀ ਹੈ ਉਹ ਪਾਕਿਸਤਾਨ ਤੋਂ ਆਉਂਦੀ ਹੈ, ਕੀ ਕਿਸ ਤਰ੍ਹਾਂ ਇਹਨਾਂ ਦੇ ਤਾਰ ਜੁੜਦੇ ਨੇ? ਇਹ ਹੈਰੋਨ ਜਿਹੜੀ ਆ ਇਹ ਹੁਣ ਜੇਲ੍ਹ 'ਚੋਂ ਆਪਾਂ ਬੰਦਾ ਪ੍ਰਸ਼ਨਵਣ ਜਿਹੜਾ ਲੈ ਕੇ ਆਏ ਉਹ ਹੀ ਦੱਸ ਸਕਦਾ ਵੀ ਕਿੱਥੋਂ ਆਈ ਹੈ, ਕਿਹਨੇ ਦਿੱਤੀ ਹੈ। ਇਸ ਬੰਦੇ ਨੂੰ ਫਿਲਹਾਲ ਕੋਈ ਪਤਾ ਨਹੀਂ, ਇਹ ਤਾਂ ਸਿਰਫ ਆਪਣੀ ਲੋਕੇਸ਼ਨ ਹੀ ਭੇਜਦਾ ਸੀ ਅਤੇ ਇਹਨੂੰ ਸਮਾਨ ਪੈ ਜਾਂਦਾ। ਪਤਾ ਲੱਗਾ ਇੱਥੇ ਕਿੱਥੇ ਕਿਤੇ ਸਪਲਾਈ ਕਰਦਾ ਸੀਗਾ? ਇਹ ਉਹਨਾਂ ਦੇ ਕਹਿਣ 'ਤੇ ਸਪਲਾਈ ਕਰਨੀ ਸੀ, ਉਹਨਾਂ ਦੇ ਕਹਿਣ 'ਤੇ ਇਹਨੂੰ ਦਿੱਤੀ। What did you